ਜਿੱਥੇ ਇੱਕ ਪਾਸੇ ਪੂਰਾ ਦੇਸ਼ ਹੋਲੀ ਦਾ ਤਿਉਹਾਰ ਮਨਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ ਲੁਧਿਆਣਾ ਵਿਖੇ ਮੇਜਰ ਭੁਪਿੰਦਰ ਸਿੰਘ ਦੇ ਬੁੱਤ ਦੀ ਸਫਾਈ ਕਰਕੇ ਅਤੇ ਦੁੱਧ ਨਾਲ ਨੁਆ ਕੇ ਹੋਲੀ ਦਾ ਤਿਉਹਾਰ ਮਨਾਇਆ ਗਿਆ। ਲੁਧਿਆਣਾ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਸਾਡੇ ਦੇਸ਼ ਦੇ ਸ਼ਹੀਦਾਂ ਨੂੰ ਸਿਰਫ ਸ਼ਹੀਦੀ ਦਿਹਾੜਿਆਂ ਜਾਂ ਉਹਨਾਂ ਦੇ ਜਨਮ ਦਿਨ ਤੇ ਹੀ ਯਾਦ ਕੀਤਾ ਜਾਂਦਾ ਹੈ, ਪਰ ਸਾਨੂੰ ਆਪਣੇ ਪਰਿਵਾਰਾਂ ਦੇ ਨਾਲ ਉਹਨਾਂ ਸ਼ਹੀਦਾਂ ਨਾਲ ਵੀ ਇਹ ਤਿਉਹਾਰ ਸਾਂਝੇ ਕਰਨੇ ਚਾਹੀਦੇ ਨੇ, ਜਿਨ੍ਹਾਂ ਕਰਕੇ ਅਸੀਂ ਆਜ਼ਾਦੀ ਨਾਲ ਜੀ ਸਕਦੇ ਹਾਂ। ਗੁਰਦੀਪ ਗੋਸ਼ਾ ਨੇ ਕਿਹਾ ਕਿ ਸ਼ਹੀਦਾਂ ਦੀਆਂ ਯਾਦਗਾਰਾਂ ਦੀ ਸਾਂਭ ਸੰਭਾਲ ਜ਼ਰੂਰੀ ਹੈ, ਕਿਉਂਕਿ ਉਹਨਾਂ ਨੇ ਜੋ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ ਉਹ ਬੇਮਿਸਾਲ ਨੇ। ਅੱਜ ਹੋਲੀ ਦਾ ਤਿਉਹਾਰ, ਹੋਲੇ ਮਹੱਲੇ ਦਾ ਤਿਉਹਾਰ ਜਿਹੜਾ ਅਸੀਂ ਅੱਜ ਮੇਜਰ ਭੁਪਿੰਦਰ ਸਿੰਘ ਜੀ ਜਿਹੜੇ 1965 ਦੀ ਜੰਗ ਦੇ ਜਿਹੜੇ ਸਟਾਰ ਸੀਗੇ, ਜਿਨ੍ਹਾਂ ਨੇ ਦਿਖਾ ਦਿੱਤਾ ਕਿ ਸਿੱਖ ਕੌਮ, ਪੰਜਾਬੀ ਕੌਮ ਅਤੇ ਹਿੰਦੁਸਤਾਨੀ ਸਾਡੇ ਅੰਦਰ ਇੱਕ ਖੂਨ, ਜਿਹੜੇ ਰਗਾਂ ਦੇ ਵਿੱਚ ਖੂਨ ਹੈ, ਦੇ ਅੰਦਰ ਜਦੋਂ ਵੀ ਦੇਸ਼ 'ਤੇ ਭੀੜ ਆਊਗੀ ਅਸੀਂ ਅੱਗ ਬਣ ਕੇ ਵਿਚਰਾਂਗੇ। ਅਤੇ ਅੱਜ ਉਹਨਾਂ ਨਾਲ ਅਸੀਂ ਹੋਲੀ ਮਨਾਈ ਗਈ ਆ, ਦੁੱਧ ਨਾਲ ਹੋਲੀ ਮਨਾਈ ਗਈ, ਫੁੱਲਾਂ ਦੀ ਹੋਲੀ ਮਨਾਈ ਗਈ ਆ, ਜਿੱਥੇ ਅਸੀਂ ਪਰਿਵਾਰਾਂ ਨਾਲ, ਆਪਣੇ ਰਿਸ਼ਤੇਦਾਰਾਂ ਨਾਲ, ਆਪਣੇ ਦੋਸਤਾਂ ਮਿੱਤਰਾਂ ਨਾਲ ਹੋਲੀ ਮਨਾਉਂਦੇ। ਸਾਨੂੰ ਚਾਹੀਦਾ ਕਿ ਆਪਣੇ ਸ਼ਹੀਦਾਂ ਨੂੰ ਸਜਦਾ ਕਰਨ ਲਈ ਇਕੱਲੇ ਸ਼ਹੀਦੀ ਦਿਹਾੜੇ ਜਾਂ ਜਨਮ ਦਿਹਾੜੇ 'ਤੇ ਯਾਦ ਨਾ ਕੀਤਾ ਜਾਵੇ, ਹਮੇਸ਼ਾ ਯਾਦ ਕੀਤਾ ਜਾਵੇ। ਨਾਲ ਨਾਲ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਤੁਸੀਂ ਦੇਖ ਸਕਦੇ ਵੀ ਅਸੀਂ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਆ ਵੀ, ਪਰ ਇੱਥੇ ਰੈਗੂਲਰ ਸਫਾਈ ਹੋਣੀ ਚਾਹੀਦੀ ਆ। ਪਹਿਲਾਂ ਵੀ ਸਾਡੀ ਯੂਥ ਸੇਵਾ ਸਟੱਡੀ ਕਰਦੀ ਸੀ ਅਤੇ ਅਸੀਂ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਰੈਗੂਲਰ ਦੀ ਸਫਾਈ ਕੀਤੀ ਜਾਵੇ ਤਾਂ ਜੋ ਅਸੀਂ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖੀਏ। ਜ਼ਿਕਰੇ ਖਾਸ ਹੈ ਕਿ ਮੇਜਰ ਭੁਪਿੰਦਰ ਸਿੰਘ ਸਨ 1965 ਦੀ ਜੰਗ ਦੇ ਹੀਰੋ ਨੇ, ਪਰ ਸਥਾਨਕ ਪ੍ਰਸ਼ਾਸਨ ਵੱਲੋਂ ਅਤੇ ਕਿਸੇ ਵੱਲੋਂ ਵੀ ਉਹਨਾਂ ਦੇ ਬੁੱਤ ਦੀ ਸਾਂਭ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।